ਸਚਿਵਾਨ ਸਾਹਿਬ ਅੱਜ ਦੀ ਵਿਜ਼ਿਟ ਦਾ ਤੁਹਾਡਾ ਏਮਸ ਦੇ ਵਿੱਚ ਜਰਾ ਥੋੜਾ ਦੱਸ ਦਿਓ ਕਿਵੇਂ ਆਉਣਾ ਹੋਇਆ। ਜਿਸ ਤਰ੍ਹਾਂ ਦਿੱਲੀ ਦੇ ਵਿੱਚ ਜਾਂ ਹੋਰ ਵੱਖ ਵੱਖ ਥਾਵਾਂ ਦੇ ਉੱਤੇ ਏਮਸ ਦੀਆਂ ਸੰਸਥਾਵਾਂ ਖੁੱਲ੍ਹੀਆਂ, ਪੰਜਾਬ ਦੇ ਵਿੱਚ ਵੀ ਇਹ ਪਹਿਲੀ ਜਿਹੜੀ ਹੈਗੀ ਆ ਉਹ ਅਦਾਰਾ ਜਿਹੜਾ ਕਿ ਬਹੁਤ ਸਾਰਾ ਜਿੰਨਾ ਇਹਦੇ ਉੱਤੇ ਖਰਚਾ ਅਤੇ ਇਹਨੂੰ ਚਲਾਉਣ ਦਾ ਇੱਥੇ ਜੋ ਕੁਛ ਇਸ ਇਲਾਕੇ ਨੂੰ ਜਿਸ ਤਰ੍ਹਾਂ ਇਹ ਸਾਨੂੰ ਦੱਸ ਰਿਹਾ ਕਿ ਜਿਸ ਤਰ੍ਹਾਂ ਇੱਥੇ ਜਿਹੜੇ ਟੀਚਰ ਨਰਸਿੰਗ ਕਰਦੀਆਂ ਲੜਕੀਆਂ ਉਹ ਬਿਲਕੁਲ ਫਰੀ ਉਹਨੂੰ ਸਰਕਾਰ ਪੜ੍ਹਾ ਰਹੀ ਹੈ। ਸੋ ਇਹੋ ਜਿਹੇ ਅਦਾਰੇ ਜਿਹੜੇ ਹੈਗੇ ਜਿਹੜੇ ਨਾਲ ਜਿਨ੍ਹਾਂ ਦੇ ਉੱਤੇ ਪੜ੍ਹ ਕੇ ਅਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਦੀ ਵੈਲਿਊ ਆ। ਸੋ ਇਹ ਵੇਖਣ ਵਾਸਤੇ ਆਏ ਸੀਗੇ ਕਿ ਇਹਦੇ ਉੱਤੇ ਇਹਦੇ ਵਿੱਚ ਕਿੰਨਾ ਕੁ ਹੋ ਗਿਆ ਅਤੇ ਇਹਦੇ ਵਿੱਚ ਕੀ ਹੋਰ ਜਿਹੜਾ ਹੈਗਾ ਰਹਿੰਦਾ ਜਿਹੜਾ ਕਿ ਇਹਦੇ ਵਿੱਚ ਉਹ ਆ ਸਕੇ ਜਿਹਦੇ ਨਾਲ ਇਸ ਇਲਾਕੇ ਨੂੰ ਹੋਰ ਵੱਧ ਤੋਂ ਵੱਧ ਜਿਹੜਾ ਹੈਗਾ ਪੂਰੇ ਪੰਜਾਬ ਨੂੰ ਇਹਦਾ ਫਾਇਦਾ ਹੋ ਸਕੇ। ਸਿੱਚੇ ਸਾਹਿਬ ਤੁਸੀਂ ਪਾਣੀ ਦੇ ਬਹੁਤ ਕੰਮ ਕੀਤਾ, ਪਾਣੀ ਫਿਕਰ ਇੱਥੇ ਦੇ ਜਿਹੜਾ ਪਾਣੀ ਦੇ ਵਿੱਚ ਜ਼ਿਆਦਾਤਰ ਜਿਹੜੀ ਦੀ ਮਾਤਰਾ ਜ਼ਿਆਦਾ ਉਹਨੂੰ ਕੈਂਸਰ ਬਹੁਤ ਜ਼ਿਆਦਾ ਹੈਗਾ ਜੀ ਜੀ। ਇਹ ਤਾਂ ਅਸੀਂ ਲੰਬੇ ਸਮੇਂ ਤੋਂ ਕਿਉਂਕਿ ਕੁਛ ਤਾਂ ਨੈਚੁਰਲੀ ਉਹ ਧਰਤੀ ਦੇ ਵਿੱਚ ਕੁਛ ਸਾਡੀਆਂ ਗਲਤੀਆਂ ਕਰਕੇ ਵੀ ਜਿਹੜਾ ਹੈਗਾ ਬਹੁਤ ਕੁਛ ਜਿਹੜਾ ਹੈਗਾ ਉਹ ਪਿਆ ਵਾ, ਜਿਹਦੇ ਉੱਤੇ ਲਗਾਤਾਰ ਸੰਘਰਸ਼ ਕਰ ਰਹੇ ਆਉਣ ਵਾਲੇ ਸਮੇਂ 'ਚ। ਗੁਰੂ ਪਾਤਸ਼ਾਹ ਕਿਰਪਾ ਕਰਨ, ਕਿਉਂਕਿ ਪੰਜਾਬ ਦੇ ਵਿੱਚ ਪਾਣੀਆਂ ਦਾ ਸੰਕਟ ਆ ਜਾਣਾ ਅਤੇ ਪੰਜਾਬ ਦੇ ਪਾਣੀਆਂ ਦਾ ਜ਼ਹਿਰੀਲੇ ਤਾਂ ਪੰਜਾਬ ਦੇ ਲੋਕਾਂ ਨੂੰ ਪਾਣੀਆਂ ਦੀ ਦਿੱਕਤ ਆਉਣਾ ਇਹ ਇੱਕ ਬਹੁਤ ਵੱਡੀ ਤ੍ਰਾਸਦੀ ਹੈ ਕਿ ਹੁਣ ਤੱਕਰ ਅਸੀਂ ਪਾਣੀਆਂ ਵੱਲ ਧਿਆਨ ਹੀ ਨਹੀਂ ਦਿੱਤਾ। ਅਸੀਂ ਇਹਨਾਂ ਨੂੰ ਖੂਬ ਇਹਨਾਂ ਖਜ਼ਾਨਿਆਂ ਨੂੰ ਲੁੱਟਿਆ, ਖੂਬ ਇਹਨਾਂ ਖਜ਼ਾਨਿਆਂ ਦਾ ਨੈਚੁਰਲ ਸੋਰਸ ਦਾ ਦੁਰ ਉਪਯੋਗ ਕੀਤਾ ਅਤੇ ਜਿਹਦੇ ਨਾਲ ਧਰਤੀ ਹੇਠਲੇ ਪਾਣੀ ਵੀ ਸਾਡੇ ਜਿਹੜੇ ਹੈਗੇ ਉਹ ਖਰਾਬ ਹੋ ਗਏ। ਸੋ ਇਹਦੇ ਵਾਸਤੇ ਇੱਕ ਤਾਂ ਜਿਹੜਾ ਹੈਗਾ ਕਿ ਜਿੰਨੇ ਵੀ ਜਿਹੜੇ ਹੈਗੇ ਖਾਸ ਕਰਕੇ ਨਹਿਰੀ ਪਾਣੀ ਆ ਇਹ ਕੋਸ਼ਿਸ਼ ਆ ਕਿ ਵੱਡੇ ਵੱਡੇ ਸ਼ਹਿਰਾਂ ਵਿੱਚ ਵੀ ਜਿਸ ਤਰ੍ਹਾਂ ਲੁਧਿਆਣਾ ਉਹ ਸਾਰਾ ਨਹਿਰੀ ਪਾਣੀ ਜਿਹੜਾ ਹੈਗਾ ਉਹ ਉਹਨਾਂ ਨੂੰ ਪੀਣ ਵਾਸਤੇ ਜਲੰਧਰ ਦੇ ਵਿੱਚ ਵੀ, ਅੰਮ੍ਰਿਤਸਰ ਦੇ ਵਿੱਚ ਵੀ, ਇਸ ਤਰ੍ਹਾਂ ਵੱਖ ਵੱਖ ਖੇਤਰਾਂ ਦੇ ਵਿੱਚ ਇੱਥੇ ਵੀ ਜਿਹੜੀ ਹੈਗੀ ਹੈ ਜਿੱਥੇ ਨਹਿਰੀ ਪਾਣੀ ਜਿਹੜਾ ਹੈਗਾ ਉਹ ਪੀਣ ਵਾਸਤੇ ਤਾਂ ਕਿ ਉਹ ਵੀ ਇਹਦੇ ਵਿੱਚ ਕੁਛ ਰਲਿਆ ਨਾ ਹੋਵੇ, ਪਿੱਛੇ ਤੱਕਰ ਸਾਫ਼ ਹੋਵੇ। ਕਿਉਂਕਿ ਹਵਾ, ਪਾਣੀ, ਧਰਤੀ ਇਹ ਤਿੰਨ ਚੀਜ਼ਾਂ ਜਿਹੜੀਆਂ, ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਇਹਦਾ ਜਿਹੜਾ ਮਹੱਤਵ ਬਾਬੇ ਨਾਨਕ ਨੇ ਸਾਨੂੰ ਦੱਸਿਆ, ਇਸ ਧਰਤੀ 'ਤੇ ਦੱਸਿਆ, ਪਰ ਅਫਸੋਸ ਆ ਨਾ ਅਸੀਂ ਗੁਰੂ ਦੀ ਗੱਲ ਮੰਨੀ, ਨਾ ਅਸੀਂ ਸੰਵਿਧਾਨ ਦੀ ਗੱਲ ਮੰਨੀ, ਤੇ ਨਾ ਹੀ ਅਸੀਂ ਵਿਗਿਆਨ ਦੀ ਗੱਲ ਹੋਵੇ। ਫਿਰ ਜਿਹਦੇ ਕੋਲ ਨੇ ਅਸੀਂ ਕਹਿੰਦੇ ਅੱਜ ਜੇ ਵੰਡ ਪਾਣੀ ਦੀ ਹੋਵੇ ਤਾਂ ਅਸੀਂ ਕਹਿੰਦੇ ਪੰਜਾਬ ਨੂੰ ਪਾਣੀ ਮਿਲਣਾ, ਕਿਉਂਕਿ ਪਾਣੀ ਨੇ ਤਾਂ ਇਹ ਤਾਂ ਜਿਹੜਾ ਹੈਗਾ ਸੈਂਟਰ ਵਾਟਰ ਬੋਰਡ ਕਹਿ ਰਿਹਾ ਕਿ 41 ਤੱਕ ਇਸ ਤਰੀਕੇ ਨਾਲ ਤੁਰੇਗਾ ਤਾਂ ਪਾਣੀ ਜਿਹੜਾ ਹੈਗਾ ਥੱਲੇ ਚੱਲ ਜਾਣਾ। ਜਿਹਦੇ ਕੋਲ ਆਪਦੇ ਪਾਣੀ ਹੈ ਨੀਗਾ ਉਹ ਪਾਣੀ ਕਿਵੇਂ ਦਊਗਾ? ਕਿਸੇ ਨੇ ਮੰਗ ਕਰਨਾ ਉਹ ਆਪਦੀ ਹੈਗੀ, ਹਰ ਕੋਈ ਚਾਹੁੰਦਾ। ਜਦੋਂ ਪਾਣੀ ਦੀ ਵੈਲਿਊ ਤਾਂ ਹੁਣੀ ਪਤਾ ਲੱਗਣ ਲੱਗਾ। ਅੱਗੇ ਅਸੀਂ ਪਾਣੀ ਨੂੰ ਵਾਧੂ ਸਮਝਦੇ ਸੀਗੇ, ਪੰਜਾਬ ਦੇ ਕੋਲ ਵੀ ਜਿਹੜੀ ਸੀਗੀ ਬੜੀ ਸੇਮ ਪੈਂਦੀ ਸੀ ਕਿ ਪਾਣੀ ਚੱਲ ਜੂਗਾ ਤਾਂ ਠੀਕ ਆ, ਪਰ ਹੁਣ ਜਿਹੜਾ ਪਾਣੀ ਅਸੀਂ ਧਰਤੀ ਥੱਲੋਂ ਆਪਣੀ ਖੇਤੀ ਲਈ ਕੱਢ ਲਿਆ, ਹੁਣ ਤਾਂ ਸਾਨੂੰ ਦੂਸਰਿਆਂ ਸੂਬਿਆਂ ਨੂੰ ਅਸੀਂ ਬੇਨਤੀ ਕਰਾਂਗੇ ਪੰਜਾਬ ਦੀ ਹੈਲਪ ਕਰੋ। ਅਸੀਂ ਇੱਕ ਮੀਟਿੰਗ ਦੇ ਵਿੱਚ ਵੀ ਸੀ ਕਹਿੰਦੇ ਪੰਜਾਬ ਨੂੰ ਇਸ ਤਰ੍ਹਾਂ ਹੀ ਕਿ ਉਹ ਦੱਸੋ ਕਿ ਪਾਣੀ ਦਰਿਆ ਸਾਰਾ ਸਤਲੁਜ ਪੰਜਾਬ ਦੇ ਵਿੱਚ ਨਹੀਂ ਵਗਦਾ, ਤੇ ਜਾਂ ਹੜ ਆਉਂਦਾ ਤੇ ਸਾਰਾ ਪੰਜਾਬ ਜੇ ਘੱਗਰ ਆਉਂਦਾ ਤਾਂ ਉਹ ਰੋੜ ਕੇ ਲੈ ਜਾਂਦਾ, ਜੇ ਸਤਲੁਜ ਪਾਣੀ ਆਉਂਦਾ ਤਾਂ ਉਹ ਰੋੜ ਕੇ ਲੈ ਜਾਂਦਾ, ਫਿਰ ਅੱਗੇ ਜਾ ਕੇ ਫਿਰ ਅੱਗੇ ਉਹ ਪਾਣੀ ਜਿਹੜਾ ਹੈਗਾ ਫਾਜ਼ਿਲਕਾ ਹੋਰ ਤੱਕਰ ਉਹ ਪਾਣੀ ਨੁਕਸਾਨ ਕਰਦਾ। ਪਰ ਅਸੀਂ ਬਾਹਰ ਬੈਠ ਕੇ ਇਹੀ ਕਹਿ ਰਹੇ ਕਿ ਸਾਨੂੰ ਪਾਣੀ ਦਿਓ, ਪਰ ਪਾਣੀ ਪੰਜਾਬ ਕੋਲ ਹੈ ਕਿੱਥੇ? ਪਹਿਲਾਂ ਹੀ ਪਾਣੀ ਜਦੋਂ ਲਈ ਬੈਠੇ, ਇਸ ਵੇਲੇ ਜਿੰਨਾ ਪਾਣੀ ਰਾਜਸਥਾਨ ਕੋਲ ਜਾ ਰਿਹਾ ਪੰਜਾਬ ਦੇ ਕੋਲੋਂ ਤਾਂ ਉਨਾ ਪਾਣੀ ਹੈ ਹੀ ਨਹੀਂ, ਘੱਟ ਪਾਣੀ ਹੈ। ਪਰ ਅਫਸੋਸ ਹੈ ਕਿ ਅਸੀਂ ਉਹ ਚੀਜ਼ਾਂ ਦੀ ਸਾਨੂੰ ਲੋੜ ਹੈ ਕਿ ਸਾਡੇ ਕੋਲ ਹੈ ਪਾਣੀ ਕਿੱਥੇ? ਸੋ ਇਹ ਪਾਣੀ ਹੈ ਹੀ ਨਹੀਂ, ਇਸ ਕਰਕੇ ਪਾਣੀ ਦੀ ਸਾਨੂੰ ਲੋੜ ਆ, ਪੰਜਾਬ ਨੂੰ ਹੋਰ ਲੋੜ ਆ। ਅਸੀਂ ਬੇਨਤੀ ਕਰਾਂਗੇ ਕਿ ਪੰਜਾਬ ਨੂੰ ਜੇ ਅੱਜ ਲੋੜ ਆ ਤਾਂ ਪੰਜਾਬ ਨੂੰ ਵੀ ਹੋਰ ਪਾਣੀ, ਵੱਧ ਪਾਣੀ ਦਿੱਤਾ ਜਾਵੇ ਤਾਂ ਕਿ ਪੰਜਾਬ ਦੇ ਕਿਸਾਨਾਂ ਤੱਕ ਉਹ ਜਿਹੜਾ ਨਹਿਰੀ ਪਾਣੀ ਹੈ ਉਹ ਵੀ 100% ਪਹੁੰਚੇ। ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਕਿਸਾਨਾਂ ਨੂੰ ਕਿ ਜਿਨ੍ਹਾਂ ਦੀਆਂ ਮੋਟਰਾਂ ਲੱਗੀਆਂ ਉਹ ਜਿਨ੍ਹਾਂ ਦੇ ਕੋਲ ਦੀ ਨਹਿਰੀ ਪਾਣੀ ਆਉਂਦਾ ਜਾਂ ਉਹਨਾਂ ਦੇ ਪਿਛਲੇ ਬਜ਼ੁਰਗ ਪਾਣੀ ਲਾਉਂਦੇ ਸੀ ਉਹ ਆਪਣੇ ਨਹਿਰੀ ਪਾਣੀ ਦੀ ਮੰਗ ਕਰਨ, ਤਾਂ ਉਹ ਪਾਣੀ ਆਪਣੇ ਖੇਤਾਂ ਤੱਕ ਲਿਜਾਣ। ਜਿੰਨਾ ਪਾਣੀ ਮੋਟਰ ਦਾ ਬਚੂਗਾ ਉਹ ਸਾਡੀ ਆਉਣ ਵਾਲੀ ਪੀੜ੍ਹੀ ਦੀ ਬੱਚਤ ਹੋਊਗੀ, ਉਹ ਸਾਡੀ ਸੇਵਿੰਗ ਹੋਊਗੀ, ਉਹ ਸਮਝ ਲਓ ਕਿ ਆਪਣੀ ਆਉਣ ਵਾਲੀ ਪੀੜ੍ਹੀ ਲਈ ਤੁਹਾਡੇ ਵੱਲੋਂ ਇੱਕ ਤੋਹਫਾ ਹੋਊਗਾ। ਘੱਟੋ ਘੱਟ ਅਸੀਂ ਧਰਤੀ ਥੱਲੇ ਜਿਹੜਾ
ਡੂੰਘਾ ਪਾਣੀ ਲੈ ਗਏ ਉਹ ਪਾਣੀ ਅਸੀਂ ਬੱਚਿਆਂ ਨੂੰ ਉੱਪਰ ਲਿਆ ਦਈਏ ਉਹਦੇ ਵਾਸਤੇ ਜਦੋਂ